ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਨੇ। ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਇਸ ਵੀਡੀਓ ਦੇ ਵਿੱਚ। ਅੱਜ ਆਪਾਂ ਗੱਲਬਾਤ ਕਰਾਂਗੇ ਕੈਨੇਡਾ ਬਾਰੇ। ਕੈਨੇਡਾ ਤੋਂ ਬਹੁਤ ਵੱਡੀ ਨਿਊਜ਼ ਆ ਰਹੀ ਹੈ। ਪਿਛਲੇ ਲੰਬੇ ਸਮੇਂ ਤੋਂ ਸਾਰੇ ਸਟੂਡੈਂਟਸ ਨੂੰ ਜਾਂ ਫਿਰ ਏਜੰਟਸ ਨੂੰ ਵੀ ਆਪਾਂ ਕਹਿ ਲਈਏ ਕਿ ਇਸ ਚੀਜ਼ ਦੀ ਵੇਟ ਸੀ ਕਿ ਕੈਨੇਡਾ ਦੇ ਵਿੱਚ ਜੋ ਨਵਾਂ ਰੂਲ ਆਇਆ ਸੀ ਟੈਸਟੇਸ਼ਨ ਲੈਟਰ ਦਾ, ਕਿ ਉਹ ਕਦੋਂ ਤੋਂ ਸਟਾਰਟ ਹੋਣਗੀਆਂ। ਸਭ ਤੋਂ ਪਹਿਲਾਂ ਆਪਾਂ ਗੱਲ ਕਰ ਲੈਂਦੇ ਹਾਂ ਬ੍ਰਿਟਿਸ਼ ਕੋਲੰਬੀਆ ਦੀ। ਬ੍ਰਿਟਿਸ਼ ਕੋਲੰਬੀਆ ਨੇ 4 ਮਾਰਚ ਨੂੰ ਸਟੇਟਮੈਂਟ ਦਿੱਤੀ ਸੀ ਕਿ ਅਸੀਂ ਬਹੁਤ ਜਲਦ ਅਟੈਸਟੇਸ਼ਨ ਲੈਟਰਸ ਜੋ ਨੇ ਅਸੀਂ ਜਾਰੀ ਕਰਨ ਜਾ ਰਹੇ ਹਾਂ। ਸੋ 4 ਮਾਰਚ ਤੋਂ ਲੈ ਕੇ ਅੱਜ ਲਗਭਗ, ਅੱਜ 13 ਤਰੀਕ ਹੋ ਗਈ, 14 ਤਰੀਕ ਹੋ ਗਈ। ਸੋ ਅੱਜ ਅਟੈਸਟੇਸ਼ਨ ਲੈਟਰ ਇੱਕ ਸਾਡੇ ਬੱਚੇ ਦੀ ਰਿਸੀਵ ਹੋਈ ਆ। ਅਟੈਸਟੇਸ਼ਨ ਲੈਟਰ ਦੀ ਜੇ ਆਪਾਂ ਗੱਲ ਕਰੀਏ, ਇਹਦਾ ਫਾਰਮੈਟ ਦੀ ਗੱਲ ਕਰੀਏ ਤਾਂ ਇਹ ਪ੍ਰੋਵਿੰਸ ਦੇ ਵੱਲੋਂ ਜਾਰੀ ਕੀਤੀ ਗਈ ਆ। ਸੋ ਆਪਾਂ ਬ੍ਰਿਟਿਸ਼ ਕੋਲੰਬੀਆ ਦੀ ਇੱਥੇ ਗੱਲ ਕਰ ਰਹੇ ਹਾਂ। ਬ੍ਰਿਟਿਸ਼ ਕੋਲੰਬੀਆ ਦੇ ਵੱਲੋਂ ਜੋ ਅਟੈਸਟੇਸ਼ਨ ਲੈਟਰ ਜਾਰੀ ਕੀਤੀ ਗਈ ਆ, ਇਹਦੇ ਵਿੱਚ ਸਟੂਡੈਂਟ ਦਾ ਨਾਮ, ਅਟੈਸਟੇਸ਼ਨ ID, ਉਹਨਾਂ ਦਾ ਕੋਰਸ ਕਿਹੜੇ ਕੋਰਸ ਦੇ ਵਿੱਚ ਜਾ ਰਿਹਾ ਵਾ, ਅਤੇ ਅਟੈਸਟੇਸ਼ਨ ਲੈਟਰ ਦੀ ਵੈਲਿਡਿਟੀ ਕਿ ਕਿੰਨੇ ਟਾਈਮ ਵਾਸਤੇ ਇਹ ਚੀਜ਼ ਵੈਲਿਡ ਆ। ਸੋ ਜੇ ਆਪਾਂ ਵੈਲਿਡਿਟੀ ਦੀ ਗੱਲ ਕਰ ਲਈਏ, ਅਟੈਸਟੇਸ਼ਨ ਲੈਟਰ ਜੋ ਹੈ ਲਗਭਗ 1 ਸਾਲ ਦੇ ਵਾਸਤੇ ਵੈਲਿਡ ਹੈ, ਜਾਂ ਫਿਰ ਇਹਨਾਂ ਨੇ ਇਹਦੇ ਵਿੱਚ ਲਿਖਿਆ ਵਾ ਜਾਂ ਇਹ 1 ਸਾਲ ਵਾਸਤੇ ਵੈਲਿਡ ਆ। ਫੋਰ ਐਗਜ਼ਾਮਪਲ, ਜੇ ਬੱਚੇ ਦਾ ਕੇਸ ਰਿਫਿਊਜ਼ ਹੋ ਜਾਂਦਾ, ਉਹਦਾ ਸਟੂਡੈਂਟ ਵੀਜ਼ਾ ਰਿਫਿਊਜ਼ ਹੋ ਜਾਂਦਾ ਵਾ, ਤਾਂ ਉਹ ਦੁਬਾਰਾ ਅਟੈਸਟੇਸ਼ਨ ਲੈਟਰ ਦੇ ਉੱਪਰ ਵੀਜ਼ਾ ਅਪਲਾਈ ਕਰ ਸਕਦਾ ਵਾ 1 ਸਾਲ ਦੇ ਅੰਦਰ ਅੰਦਰ। ਜਾਂ ਲਿਖਿਆ ਹੋਇਆ ਵੀ ਜੇਕਰ, ਜੋ ਕਿ ਫੈਡਰਲ ਗਵਰਨਮੈਂਟ ਦੇ ਵੱਲੋਂ ਕੈਪ ਸਿਸਟਮ ਕੀਤਾ ਗਿਆ ਵਾ, ਜੋ ਕਪੈਸਿਟੀ ਬੰਦ ਕੀਤੀ ਗਈ ਆ ਕਿ ਸਟੂਡੈਂਟਸ ਨੂੰ ਲਿਮਿਟਡ ਕੀਤਾ ਗਿਆ ਵਾ, ਜੇ ਉਹ ਸਿਸਟਮ ਬੰਦ ਹੋ ਜਾਵੇ ਤਾਂ ਵੀ ਤੁਸੀਂ ਇਹ ਵੈਲਿਡ ਰਹਿੰਦੀ ਆ। ਸੋ ਬਾਕੀ ਇਹਦੇ ਵਿੱਚ ਆਪਾਂ ਇਨਫੋਰਮੇਸ਼ਨ ਦੇਖ ਲੈਂਦੇ ਹਾਂ ਅਟੈਸਟੇਸ਼ਨ ਲੈਟਰ ਦੇ ਵਿੱਚ ਜੋ ਦਿੱਤੀ ਗਈ ਆ ਸਟੂਡੈਂਟ ਦੇ ਵੱਲੋਂ, ਕਿ ਕਿਹੜੇ ਪ੍ਰੋਗਰਾਮ ਦੇ ਵਿੱਚ ਆ ਰਿਹਾ ਸਟੂਡੈਂਟ, ਕਿਹੜੇ ਕਾਲਜ ਦੇ ਵਿੱਚ ਆ ਰਿਹਾ। ਅਤੇ ਸਪੈਸ਼ਲ ਇਹ ਲਿਖਿਆ ਗਿਆ ਕਿ ਪ੍ਰੋਵਿੰਸ ਦੇ ਵੱਲੋਂ ਜੋ ਕੋਟਾ ਅਲਾਟ ਹੋਇਆ ਵਾ, 1 ਸੀਟ ਅਸੀਂ ਤੁਹਾਨੂੰ ਦੇ ਰਹੇ ਹਾਂ। ਸੋ ਬਹੁਤ ਵਧੀਆ ਇਹ ਖਬਰ ਆ ਜੋ ਕੈਨੇਡਾ ਤੋਂ ਆ ਰਹੀ ਆ, ਜੋ ਕਿ ਅਟੈਸਟੇਸ਼ਨ ਲੈਟਰ ਨੂੰ ਲੈ ਕੇ ਸੀ। ਅਤੇ ਬਾਕੀ ਪ੍ਰੋਵਿੰਸਾਂ ਵੱਲੋਂ ਵੀ ਕਿਹਾ ਗਿਆ ਵਾ ਕਿ ਅਸੀਂ ਛੇਤੀ ਤੋਂ ਛੇਤੀ ਅਟੈਸਟੇਸ਼ਨ ਲੈਟਰਸ ਜਾਰੀ ਕਰਾਂਗੇ। ਸੋ ਪਹਿਲਾਂ ਪਿੱਛੇ ਆਪਾਂ ਚਲੇ ਜਾਈਏ, ਅੱਜ ਤੋਂ 2 ਮਹੀਨੇ ਪਹਿਲਾਂ ਜਦੋਂ ਇਹ ਨਿਊਜ਼ ਆਈ ਸੀ ਅਟੈਸਟੇਸ਼ਨ ਲੈਟਰ ਵਾਲੀ, ਤਾਂ 31 ਮਾਰਚ ਤੱਕ ਦਾ ਸਮਾਂ ਦਿੱਤਾ ਗਿਆ ਸੀ। ਬਹੁਤ ਸਾਰੇ ਏਜੰਟਸ ਨੂੰ ਇਹ ਲੱਗਦਾ ਸੀ ਕਿ 31 ਮਾਰਚ ਤੋਂ ਪਹਿਲਾਂ ਅਟੈਸਟੇਸ਼ਨ ਲੈਟਰਸ ਇਸ਼ੂ ਨਹੀਂ ਹੋਣਗੇ ਕਿਉਂਕਿ ਕੰਮ ਡਿਲੇ ਹੀ ਚੱਲਦੇ ਆ, ਬਟ ਬ੍ਰਿਟਿਸ਼ ਕੋਲੰਬੀਆ ਨੇ 4 ਮਾਰਚ ਨੂੰ ਇਹ ਸਟੇਟਮੈਂਟ ਦਿੱਤੀ ਸੀ ਅਤੇ 9 ਦਿਨਾਂ ਦੇ ਅੰਦਰ ਅੰਦਰ, 10 ਦਿਨਾਂ ਦੇ ਵਿੱਚ ਉਹਨਾਂ ਨੇ ਅਟੈਸਟੇਸ਼ਨ ਲੈਟਰ ਨੂੰ ਜਾਰੀ ਕਰ ਦਿੱਤਾ। ਸੋ ਬਹੁਤ ਵੱਡੀ ਖਬਰ ਆ, ਖੁਸ਼ੀ ਦੀ ਖਬਰ ਆ ਕੈਨੇਡਾ ਵਿੱਚ ਪੜ੍ਹਨ ਵਾਲੇ ਸਟੂਡੈਂਟਸ ਵਾਸਤੇ ਅਟੈਸਟੇਸ਼ਨ ਲੈਟਰ ਨੂੰ ਲੈ ਕੇ। ਸੋ ਤੁਸੀਂ ਆਪਣੇ ਅਟੈਸਟੇਸ਼ਨ ਲੈਟਰ ਅਪਲਾਈ ਕਰਕੇ ਅਤੇ ਆਪਣਾ ਵੀਜ਼ਾ ਫਾਈਲ ਕਰ ਸਕਦੇ ਹੋ। ਜੇਕਰ ਤੁਹਾਨੂੰ ਸਾਡੀ ਇਨਫੋਰਮੇਸ਼ਨ ਵਧੀਆ ਲੱਗੀ ਤਾਂ ਕਮੈਂਟਸ ਦੇ ਜ਼ਰੀਏ ਆਪਣੇ ਸੁਝਾਅ ਦਿਓ।